ਕੇ ਮੈਂ ਤੇ ਚਾਲੀ ਕਰਾਂ ਦਾ ਹੱਕ ਬਚਾ ਕੇ ਲੈ ਆਇਆ ਵਾਂ। ਤੁਸੀਂ ਚਾਲੀ ਕਰ ਮੇਰੇ। ਅਸਲਾਮ ਅਲੈਕੁਮ ਨਾਦੀਨ, ਹੱਸਦੇ ਰਹੋ ਵਸਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਰੇ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਅਤੇ ਉਸ ਫਿਲਮ ਦਾ ਨਾਂ ਹੈ ਕੈਦੀ। 4 ਅਪ੍ਰੈਲ 1986 ਬਰੋਜ ਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਕੈਦੀ। ਇਸ ਫਿਲਮ ਨੂੰ ਆਰਆਈ ਪਿਕਚਰ ਨੇ ਰਿਲੀਜ਼ ਕੀਤਾ ਸੀ ਅਤੇ ਇਹ ਫਿਲਮ ਜਿਹੜੀ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ ਔਰ ਇਸ ਫਿਲਮ ਨੇ ਡਾਇਮੰਡ ਜੁਬਲੀ ਕੀਤੀ ਸੀ। ਔਰ ਇੱਕ ਮਿਊਜ਼ੀਕਲ ਔਰ ਐਕਸ਼ਨ ਫਿਲਮ ਹੈ ਔਰ ਇਸਦਾ ਮਿਊਜ਼ਿਕ ਬੜਾ ਸ਼ਾਨਦਾਰ ਹੈ। ਇਸ ਦੇ ਜਿਹੜੇ 6 ਗਾਣੇ ਨੇ ਔਰ 6 ਦੇ 6 ਸੁਪਰ ਹਿੱਟ ਸਨ। ਨਹੀਂ ਸਜਦੇ ਪੈਰ ਹੁਣ ਚਾਂਜਰਾਂ ਬਗੈਰ, ਨਹੀਂ ਸਜਦੇ ਪੈਰ, ਮਾਹੀ ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ, ਮਾਹੀ ਆਵੇਗਾ ਮੈਂ ਫੁੱਲਾਂ ਨਾਲ, ਡਿਸਕੋ ਢੋਲ ਵਜਾ ਢੋਲੀਆ, ਡਿਸਕੋ ਢੋਲ ਵਜਾ ਢੋਲੀਆ, ਐਸਾ ਰੰਗ ਜਮਾ, ਸੂਰਜ ਵਾਂਗੂ ਚੜ੍ਹਦੀ ਜਵਾਨੀ, ਸੂਰਜ ਵਾਂਗੂ ਚੜ੍ਹੀ ਜਵਾਨੀ, ਦਿਲ ਬਰ ਬਣ ਦਿਲ ਦਾ ਜਾਨੀ ਬਣ, ਦਿਲ ਬਰ ਬਣ ਦਿਲ ਜਾਨੀ ਬਣ, ਔਰ ਪਹਿਲੀ ਇਸ਼ਕ ਦੀ ਪੌੜੀ ਚੜ੍ਹ ਗਈ, ਪਹਿਲੀ ਪੌੜੀ ਇਸ਼ਕ ਦੀ। ਔਰ ਇਹ ਸਾਰੇ ਜਿਹੜੇ 6 ਦੇ 6 ਗਾਣੇ ਸਨ ਸਾਰੇ ਸੁਪਰ ਦੁਪਰ ਹਿੱਟ ਗਾਣੇ ਸਨ। ਇਸ ਫਿਲਮ ਦੇ ਅੰਦਰ ਸਭ ਤੋਂ ਬਿਹਤਰੀਨ ਜਿਹੜੀ ਗੱਲ ਹੈ, ਮਿਊਜ਼ਿਕ ਡਾਇਰੈਕਟਰ ਨਜ਼ੀਰ ਅਲੀ ਨੇ ਇਸ ਫਿਲਮ ਦੇ ਅੰਦਰ ਨੂਰ ਜਾਨ ਦੇ ਨਾਲ ਇੱਕ ਗਾਣਾ ਗਾਇਆ। ਉਹ ਗਾਣਾ ਡਿਸਕੋ ਢੋਲ ਵਜਾ ਢੋਲੀਆ ਐਸਾ ਰੰਗ ਜਮਾ। ਔਰ ਮੇਰੇ ਖਿਆਲ ਹੈ ਕਿ ਪਹਿਲੀ ਦਫ਼ਾ ਮਿਊਜ਼ਿਕ ਡਾਇਰੈਕਟਰ ਨਜ਼ੀਰ ਅਲੀ ਨੇ ਕਿਸੇ ਫਿਲਮ ਵਾਸਤੇ ਗਾਣਾ ਗਾਇਆ। ਔਰ ਇਸ ਫਿਲਮ ਦੇ ਅੰਦਰ ਅਲਿਆਸ ਕਸ਼ਮੀਰੀ ਨੇ ਹਸਬੇ ਮਾਮੂਲ ਸਰਦਾਰ ਖਾਨ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਰੰਗਪੁਰ ਪਿੰਡ ਦਾ ਜਾਗੀਰਦਾਰ ਹੁੰਦਾ ਹੈ। ਔਰ ਉਸਦਾ ਕੰਮ ਹੁੰਦਾ ਹੈ ਕਿ ਜਿਤਨੀਆਂ ਪਿੰਡ ਦੀਆਂ ਕੁੜੀਆਂ ਉਹ ਸਾਰਿਆਂ 'ਤੇ ਬੁਰੀ ਨਜ਼ਰ ਰੱਖਦਾ ਹੈ ਔਰ ਹਰ ਪਿੰਡ ਦੀ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਔਰ ਕਈ ਦਫ਼ਾ ਇਸ ਮਕਸਦ ਹੀ ਕਾਮਯਾਬ ਹੋ ਜਾਂਦਾ ਹੈ। ਔਰ ਬਹੁਤ ਸਾਰੇ ਲੋਕ ਉਸਨੇ ਕੈਦੀ ਕੀਤੇ ਹੁੰਦੇ ਨੇ ਔਰ ਉਸ ਤੋਂ ਇਲਾਵਾ ਉਹਦੇ ਜਿਹੜੇ ਸਾਥੀ ਹੁੰਦੇ ਨੇ ਉਸਦੇ ਜ਼ਹਿਰ ਸ਼ਾਹ, ਅੱਛਾ ਜੀ, ਅਲਤਾਫ ਖਾਨ, ਇਕਬਾਲ ਦੁਰਾਨੀ, ਇਸ ਤਰ੍ਹਾਂ ਬਹੁਤ ਸਾਰੇ ਲੋਕ ਉਸਦੇ ਜਿਹੜਾ ਨਾ ਸਾਥੀ ਹੁੰਦੇ। ਫਿਲਮ ਦੇ ਅੰਦਰ ਸੁਲਤਾਨ ਦਾ ਕਿਰਦਾਰ ਅਦਾ ਕੀਤਾ ਹੈ, ਸੁਲਤਾਨਾ ਦੀ ਜਿਹੜੀ ਮਾਂ ਦਾ ਕਿਰਦਾਰ ਹੈ ਉਹ ਅਦਾਕਾਰ ਫਿਰਦੌਸ ਨੇ ਅਦਾ ਕੀਤਾ ਹੈ। ਔਰ ਉਹਦੀ ਇੱਕ ਭੈਣ ਵੀ ਆਉਂਦੀ ਹੈ ਜਿਸਦਾ ਨਾਮ ਰਾਬਿਆ ਆਉਂਦਾ ਹੈ, ਰਾਬਿਆ ਦਾ ਕਿਰਦਾਰ ਅਦਾਕਾਰ ਜ਼ੁਮਰਦ ਨੇ ਅਦਾ ਕੀਤਾ ਹੈ। ਔਰ ਇਹਦੀ ਛੋਟੀ ਭੈਣ ਆਉਂਦੀ ਹੈ ਜਿਹਦੀ 8 ਤੋਂ 10 ਸਾਲ ਉਮਰ ਆਉਂਦੀ ਹੈ, ਉਸਦਾ ਨਾਮ ਗੁੱਡੋ ਆਉਂਦਾ ਹੈ। ਔਰ ਗੁੱਡੋ ਦਾ ਕਿਰਦਾਰ ਵੀ ਇੱਕ ਚਾਈਲਡ ਸਟਾਰ ਨੇ ਅਦਾ ਕੀਤਾ ਹੈ। ਔਰ ਮੁਸਤਫਾ ਕੁਰੈਸ਼ੀ ਨੇ ਇਸ ਫਿਲਮ ਦੇ ਅੰਦਰ ਸ਼ੇਰੂ ਦਾ ਕਿਰਦਾਰ ਅਦਾ ਕੀਤਾ ਹੈ। ਸ਼ੇਰੂ ਇੱਕ ਬਦਮਾਸ਼ ਹੁੰਦਾ ਹੈ ਔਰ ਬਦਮਾਸ਼ਾਂ ਦਾ ਦੁਸ਼ਮਣ ਹੁੰਦਾ ਹੈ। ਮੁਸਤਫਾ ਕੁਰੈਸ਼ੀ ਦਾ ਜਿਹੜਾ ਕਿਰਦਾਰ ਹੈ ਉਹ ਇੱਕ ਭੁਰਤੀ ਦਾ ਕਿਰਦਾਰ ਲੱਗਿਆ ਹੈ, ਕਿਉਂਕਿ ਉਹਦਾ ਪਤਾ ਨਹੀਂ ਹੁੰਦਾ ਕਿ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਕੀ ਕੰਮ ਕਰਦਾ ਹੈ। ਬਸ ਉਹ ਅਲਿਆਸ ਕਸ਼ਮੀਰੀ ਦਾ ਸਾਥੀ ਹੋ ਕੇ ਸੁਲਤਾਨ ਦਾ ਦੁਸ਼ਮਣ ਬਣ ਜਾਂਦਾ ਹੈ। ਉਹਦਾ ਨਾਮ ਸ਼ੇਰੂ ਹੁੰਦਾ ਹੈ ਔਰ ਉਸਦਾ ਜਿਹੜਾ ਸਾਥੀ ਹੁੰਦਾ ਹੈ ਔਰ ਰੰਗੀਲਾ ਹੁੰਦਾ ਹੈ। ਰੰਗੀਲੇ ਨੇ ਬੜੀ ਜ਼ਬਰਦਸਤ ਔਰ ਬੜੀ ਹੀ ਬਿਹਤਰੀਨ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ। ਵੇਰ ਤੇ ਅਸੀਂ ਤੇਰੇ ਨੌਕਰ ਆ ਯਾਰ, ਪਰ ਇੱਕ ਗੱਲ ਯਾਦ ਰੱਖੀ, ਜੇ ਤੇਰੇ ਸ਼ਰੀਫ ਲਹੂ ਨੇ ਕਿਸੇ ਦਿਨ ਰੰਗ ਬਦਲੇ। ਉਸ ਦੇ ਨਾਲ ਜਿਹੜਾ ਨੰਨਾ ਹੁੰਦਾ ਹੈ, ਨੰਨੇ ਨੇ ਇਸ ਫਿਲਮ ਦੇ ਅੰਦਰ ਫੱਜੇ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਕਿ ਤਾਜੀ ਅੰਜਮਨ ਦਾ ਸਾਥੀ ਹੁੰਦਾ ਹੈ। ਔਰ ਤਾਜੀ ਦੇ ਕਰੈਕਟਰ ਵਿੱਚ ਅਦਾਕਾਰਾ ਅੰਜਮਨ ਨੇ ਬੜੀ ਹੀ ਜ਼ਬਰਦਸਤ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਔਰ ਸ਼ਗੁਫਤਾ ਨੇ, ਸ਼ਗੁਫਤਾ ਤੇ ਤੁਹਾਨੂੰ ਯਾਦ ਹੋਏਗੀ ਜਿਹਨੇ ਚੰਨ ਵਰਿਆਮ ਦੇ ਅੰਦਰ ਸੁਲਤਾਨ ਰਾਏ ਦੀ ਭੈਣ ਦਾ ਕਿਰਦਾਰ ਅਦਾ ਕੀਤਾ ਹੈ। ਸ਼ਗੁਫਤਾ ਨੇ ਇਸ ਫਿਲਮ ਦੇ ਅੰਦਰ ਅਲਾਕੂ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ, ਜਿਹੜਾ ਇੱਕ ਪੁਲਿਸ ਆਫਿਸਰ ਹੁੰਦਾ ਹੈ।
ਔਰ ਸ਼ਗੁਫਤਾ ਨੇ ਉਹਦੀ ਭੈਣ ਦਾ ਕਿਰਦਾਰ ਅਦਾ ਕੀਤਾ ਹੈ ਜਿਸਦਾ ਨਾਮ ਬਾਨੂ ਹੁੰਦਾ ਹੈ, ਔਰ ਜਿਹੜਾ ਲਾਕੂ ਆਉਂਦਾ ਹੈ ਉਹ ਅਫਜ਼ਾਲ ਅਹਿਮਦ ਉਹ ਸੁਲਤਾਨ ਦਾ ਪਿੱਛਾ ਕਰਦਾ ਔਰ ਸੁਲਤਾਨ ਨੂੰ ਗ੍ਰਿਫਤਾਰ ਕਰਨ ਦੀ ਕਾਫੀ ਕੋਸ਼ਿਸ਼ ਕਰਦਾ। ਸੁਲਤਾਨ ਦੁਸ਼ਮਣਾਂ ਵਾਸਤੇ ਕਹਿਰੂ ਸੁਗਤ ਬਣਦਾ ਜਦੋਂ ਸਰਦਾਰ ਖਾਨ ਕੁਰਾਨ ਪਾਕ 'ਤੇ ਅਲਫ ਦੇਣ ਦੇ ਬਾਵਜੂਦ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਔਰ ਉਸਦੇ ਸਾਰੇ ਖਾਨਦਾਨ, ਉਸਦੀ ਭੈਣ, ਉਸਦੀ ਮਾਂ ਸਭ ਨੂੰ ਕਤਲ ਕਰ ਦਿੰਦਾ, ਔਰ ਇਸ ਕਤਲ ਤੋਂ ਬਾਅਦ ਜਿਹੜਾ ਸੁਲਤਾਨ ਹੁੰਦਾ ਉਹ ਇੰਤਕਾਮ ਬਣ ਜਾਂਦਾ ਔਰ ਇੰਤਕਾਮ ਬਣ ਕੇ ਦੁਸ਼ਮਣਾਂ 'ਤੇ ਟੁੱਟ ਪੈਂਦਾ ਔਰ ਕਾਫੀ ਦਫ਼ਾ ਪੁਲਿਸ ਮੁਕਾਬਲਾ ਹੁੰਦਾ, ਪੁਲਿਸ ਦਾ ਘੇਰਾ ਤੋੜ ਕੇ ਫਰਾਰ ਹੋ ਜਾਂਦਾ। ਅਫਜ਼ਾਲ ਅਹਿਮਦ ਜਿਹੜਾ ਹੁੰਦਾ ਪੁਲਿਸ ਦੀ ਨੌਕਰੀ ਛੋੜ ਦਿੰਦਾ ਔਰ ਛੋੜ ਕੇ ਉਹ ਸ਼ਗੁਫਤਾ ਜਿਹੜੀ ਉਹਦੀ ਭੈਣ ਹੁੰਦੀ ਹੈ ਬਾਨੋ, ਉਹਦੀ ਇੱਜ਼ਤ ਲੁੱਟਣ ਦੀ ਜਾਗੀਰਦਾਰ ਕੋਸ਼ਿਸ਼ ਕਰਦਾ ਔਰ ਉਹ ਇੰਤਕਾਮ ਬਣ ਜਾਂਦਾ, ਪੁਲਿਸ ਦੀ ਨੌਕਰੀ ਛੋੜ ਦਿੰਦਾ, ਲੇਕਿਨ ਉਹ ਦੁਸ਼ਮਣਾਂ ਦੇ ਮੁਕਾਬਲੇ 'ਚ ਮਾਰਿਆ ਜਾਂਦਾ। ਸੁਲਤਾਨ ਜਿਹੜਾ ਹੁੰਦਾ ਸਰਦਾਰ ਖਾਨ ਨੂੰ ਮਾਰ ਦਿੰਦਾ ਔਰ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਜਾਏ ਉਹਨੂੰ ਇਨਾਮ ਦਿੰਦੀ ਹੈ। ਬੜੀ ਜ਼ਬਰਦਸਤ ਫਿਲਮ ਹੈ, ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।